ਸਤਿ ਸ਼੍ਰੀ ਅਕਾਲ న్యూਸ 8 ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਤੁਹਾਡੇ ਨਾਲ ਨਪਿੰਦਰ ਸਿੰਘ ਭਰਾ ਇਸ ਵੇਲੇ ਮੌਜੂਦ ਆ شیخ ਬਾਬਾ ਫਰੀਦ ਜੀ ਦੀ ਪਵਿੱਤਰ ਧਰਤੀ ਫਰੀਦਕੋਟ ਜੀ ਹਾਂ ਬਾਬਾ ਫਰੀਦੀ ਨਗਰੀ ਵਿੱਚ ਮੌਜੂਦ ਆ ਔਰ ਇੱਥੇ ਅਸੀਂ ਮੌਜੂਦ ਆ ਬਾਬਾ ਫਰੀਦ ਲਾਹ ਕੋਲੇਜ ਦੇ ਵਿੱਚ ਬਾਬਾ ਫਰੀਦ ਲਾਹ ਕੋਲੇਜ ਔਰ ਇੱਥੇ ਤੁਹਾਨੂੰ ਲੈ ਕੇ ਆਏ ਆ ਨੇਤਾ ਤੁਸੀਂ ਹੀ ਉਕਲਦੇ ਯਾਨੀ ਆਉਣ ਵਾਲੇ ਵਕੀਲ ਇਸ ਵੇਲੇ ਸਾਡੇ ਨਾਲ ਨੇ ਵੱਡੀ ਗਿਣਤੀ ਵਿੱਚ ਸਟੂਡੈਂਟ ਨੇ ਮੈਨੇਜਮੈਂਟ ਹੈ ਸਟਾਫ ਹੈ ਤਾਂ ਇਹਨਾਂ ਸਟੂਡੈਂਟਸ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਅੱਜ ਦੀ ਰਾਜਨੀਤੀ ਦੇ ਬਾਰੇ ਇਹ ਲੋਕ ਕੀ ਸੋਚਦੇ ਨੇ ਸਾਡਾ ਯੂਥ ਕੀ ਸੋਚਦਾ ਜਿਸ ਤਰ੍ਹਾਂ ਦੀ ਰਾਜਨੀਤੀ ਨੂੰ ਲੈ ਕੇ ਚਰਚਾਵਾ ਹੁੰਦੀਆਂ ਨੇ ਤਾਂ ਉਹਨਾਂ ਚਰਚਾਵਾ ਦੇ ਦੌਰ ਦੇ ਵਿੱਚ ਇਹ ਸਟੂਡੈਂਟ ਯਾਨੀ ਸਾਡੀ ਨਵੀਂ ਜਨਰੇਸ਼ਨ ਕੀ ਸੋਚਦੀ ਆ ਪਿਛਲੀ ਪੋਲਿਟਿਕਸ ਦੇ ਵਿੱਚ ਜਾਂ ਲੀਡਰਾਂ ਦੇ ਵਿੱਚ ਕਿੱਥੇ ਕਮੀ ਲੱਗਦੀ ਤੁਹਾਨੂੰ ਉਹ ਧਰਮ ਦੀ ਰਾਜਨੀਤੀ ਕਰਦੇ ਉਹਦੇ ਚੋਂ ਨਿਕਲਦੇ ਨਹੀਂ ਬਾਰ ਜੀ ਧਰਮ ਦੀ ਰਾਜਨੀਤੀ ਤੋਂ ਕੀ ਸੋਚਦੇ ਤੁਸੀਂ ਸਰ ਜਿਹੜੀ ਬਾਈ ਨੇ ਪਹਿਲਾਂ ਵੀ ਗੱਲ ਕੀਤੀ ਵੀ ਬਜ਼ੁਰਗ ਅੱਗੇ ਜਾਂ ਹੁਣ ਯੂਥ ਨੂੰ ਅੱਗੇ ਆਉਣਾ ਚਾਹੀਦਾ ਇੱਕ ਜਨਰੇਸ਼ਨ ਗੈਪ ਹੋ ਜਾਂਦਾ ਜੀ ਤੁਸੀਂ ਉਹੀ 1960 65 ਵਾਲੇ ਬਜ਼ੁਰਗ ਅੱਜ 20ਵੀਂ ਸਦੀ ਗਾਂ 21ਵੀਂ ਸਦੀ ਚ ਆ ਚੁੱਕੇ ਆ ਜੀ ਉਹਨਾਂ ਦੀ ਸੋਚ ਆ ਜਿਹੜੀ ਉਸ 1960 65 ਵਾਲੀ 70 ਵਾਲੀ ਹੋਈ ਆ ਤੇ ਜਿਹੜੀ ਅੱਜ ਦਾ ਯੂਥ ਆ ਜਿਹੜਾ 2021 2021 ਦਾ ਹੁਣ ਨਵਾਂ ਯੂਥ ਆ 21ਵੀਂ ਸਦੀ ਦਾ ਉਹ ਕੁਝ ਹੋਰ ਸੋਚਦਾ ਉਹ ਧਰਮ ਤੋਂ ਉੱਤੇ ਸੋਚਦਾ ਉਹ ਕਮਿਊਨਲਿਜ਼ਮ ਨੂੰ ਬਹੁਤ ਥੱਲੇ ਰੱਖ ਕੇ ਇੱਕ ਪ੍ਰੋਗਰੈਸਿਵ ਨੇਸ਼ਨ ਦੀ ਗੱਲ ਕਰਦਾ ਹੈ ਕੁੜੀਆਂ ਨਾਲ ਗੱਲ ਕਰ ਲੈਨੇ ਆ ਗਰਲ ਸਟੂਡੈਂਟ ਨੇ ਕੀ ਸੋਚਦੀਆਂ ਨੇ ਕੁੜੀਆਂ ਜਾਂ ਕੀ ਲੱਗਦਾ ਤੁਹਾਨੂੰ ਕਿ ਸਾਡੀ ਰਾਜਨੀਤੀ ਵਿੱਚ ਕਿੱਥੇ ਕਮੀ ਲੱਗਦੀ ਹੈ ਜਾਂ ਫਿਰ ਤੁਹਾਨੂੰ ਲੱਗਦਾ ਬਹੁਤ ਅੱਛੀ ਚੱਲ ਰਹੀ ਹੈ ਨਹੀਂ ਸਰ ਸਭ ਕੁਝ ਸਹੀ ਚੱਲ ਰਿਹਾ ਹੈ ਜੋ ਸਾਡੇ ਪੀਐਮ ਨਰਿੰਦਰ ਮੋਦੀ ਹੈ ਸਰ ਉਹਨਾਂ ਨੇ ਬਹੁਤ ਅੱਛੇ ਇਨੀਸ਼ੀਏਟਿਵ ਲਿਆ ਹੋਇਆ ਹੈ ਸਰ ਮਤਲਬ ਕਿ ਸਭ ਤੋਂ ਇੰਪੋਰਟੈਂਟ ਹੁੰਦਾ ਹੈ ਕਿ ਆਪਣੇ ਦੇਸ਼ ਕੀ ਜੋ ਕਰੰਟ ਪ੍ਰੋਬਲਮਸ ਹੈ ਉਹਨਾਂ ਨੂੰ ਅੱਛੇ ਸੇ ਪਛਾਨਣਾ ਨਰਿੰਦਰ ਮੋਦੀ ਇਜ਼ ਦ ਬੈਸਟ ਐਗਜ਼ਾਮਪਲ ਫਾਰ ਥਿਸ ਸੋ ਮੈਨੂੰ ਤਾਂ ਨਹੀਂ ਲੱਗਦਾ ਕਿ ਲਾਈਕ ਬੀਜਪੀ ਹੈਜ਼ ਡਨ ਲਾਈਕ ਰੀਲੀ ਗੁੱਡ ਕਿਉਂਕਿ ਅਗਰ ਅਪਾ ਵੇਖੀਏ ਤਾਂ ਜਿੰਨੀਆਂ ਵੀ ਪਾਲਿਸੀਜ਼ ਬੀਜੇਪੀ ਨੇ ਹੁਣ ਤੱਕ ਲਈਆਂ ਭਾਵੇਂ ਉਹ ਡੀਮੋਨਟਾਈਜ਼ੇਸ਼ਨ ਸੀ ਭਾਵੇਂ ਉਹ ਜੀਐਸਟੀ ਸੀ ਇਹ ਸਾਰੀਆਂ ਹੀ ਕਾਂਗਰਸ ਦੀਆਂ ਸੀ ਸਮਵੇਰ ਜਦੋਂ ਮਨਮੋਹਨ ਸਿੰਘ ਸੀ ਪਾਰ ਦੇ ਵਿੱਚ ਤਾਂ ਉਹਨੇ ਇਹਨਾਂ ਦਾ ਇਹਨਾਂ ਬਾਰੇ ਸੋਚਿਆ ਸੀਗਾ ਸਮਵੇਰ ਇਸ ਚੀਜ਼ ਦਾ ਪਲਾਨ ਸੀ ਬਟ ਉਹਨਾਂ ਨੂੰ ਇਨੀਸ਼ੀਏਟ ਕਿਵੇਂ ਕਰਨਾ ਸੀ ਉਹ ਬੀਜੇਪੀ ਨੂੰ ਨਹੀਂ ਆਇਆ ਸੋ ਆਈ ਥਿੰਕ ਮੈਨੂੰ ਲੱਗਦਾ ਬੀਜੇਪੀ ਨੇ ਕੁਝ ਬਹੁਤ ਵਧੀਆ ਕੀਤਾ ਆਈ ਥਿੰਕ ਨਹੀਂ ਬੀਜੇਪੀ ਉਸ ਨਾਲ ਕੁਝ ਵੀ ਹੈਗੇ ਨਹੀਂ ਜੀ ਸਰ ਜੀ ਵੀ ਇਹਨਾਂ ਨੇ ਕਿਹਾ ਬਿਲਕੁਲ ਸਹੀ ਕਿਹਾ ਨੋਟਬੰਦੀ ਹੋਈ ਸਰ ਆਮ ਬੰਦੇ ਨੂੰ ਤਾਂ ੱੱਕਾ ਲੱਗਿਆ ਠੀਕ ਆ ਕੁਛ ਨਹੀਂ ਹੋਇਆ ਜਿਵੇਂ ਹੁੰਦਾ ਨੇ ਇੱਕ ਨਿੰਬੂ ਉਹਨੂੰ ਰਾਸਤਾ ਕੱਢ ਲਿਆ ਜਾਂਦਾ ਉਹ ਛਿਲਕਾ ਜਿਹੜਾ ਉਹਨੂੰ ਚੋੜ ਕੇ ਸਿੱਟ ਦਿੱਤਾ ਜਾਂਦਾ ਕਿਸਾਨਾਂ ਨੂੰ ਤਾਂ ਸਰ ਕਿਸੇ ਪਾਸੇ ਉਹਨਾਂ ਦੀ ਤਾਂ ਐਨੀ ਕੁ ਮਤਲਬ ਕਿ ਜੂਨ ਮਾੜੀ ਆ ਸਰ ਕਿਸੇ ਪਾਸੇ ਉਹਨਾਂ ਨੂੰ ਸਰ ਅੱਛਾ ਇਹਨਾਂ ਨੂੰ ਪ੍ਰਾਲੀ ਦਾ ਧੂਆਂ ਦਿੱਲੀ ਤੱਕ ਪਹੁੰਚਦਾ ਦਿਖਦਾ ਪਰ ਇੱਥੇ ਆਮ ਕਿਸਾਨ ਹੈ ਜਿਹੜਾ ਉਹਨਾਂ ਦੀ ਕਣਕ ਮੱਚ ਗਈ ਨੂੰ ਕੁਝ ਵੀ ਹੋ ਗਿਆ ਸਰ ਉਸ ਚੀਜ਼ ਵੱਲ ਕਿਉਂ ਨਹੀਂ ਦੇਖਿਆ ਜਾ ਰਿਹਾ ਸਰ ਕਿਸਾਨਾਂ ਨਾਲ ਹੀ ਕਿਉਂ ਧੱਕਾ ਪਹਿਲਾਂ ਤਾਂ ਸਰਕਾਰਾਂ ਮਾਰ ਜਾਂਦੀਆਂ ਫਿਰ ਰੱਬ ਨਹੀਂ ਸੁਣਦਾ ਠੀਕ ਆ ਮੀਂਹ ਆਉਂਦੇ ਸਰ ਪਹਿਲਾਂ ਫਸਲਾਂ ਮਾਰਦੀਆਂ ਸਰ ਚਲੋ ਰੱਬ ਉਹ ਅਲੱਗ ਗੱਲ ਰਹਿ ਗਈ ਠੀਕ ਆ ਪਰ ਸਰ ਜਿਹੜੀਆਂ ਸਰਕਾਰਾਂ ਉਹ ਤਾਂ ਸੁਣਣ ਸਾਡਾ ਦੇਸ਼ ਦਾ ਅਨਦਾਤਾ ਉਹਦੇ ਖੁਦ ਦੇ ਘਰ ਦੇ ਹਾਲਾਤ ਕੋਈ ਜ਼ਿਆਦਾ ਬਹੁਤੇ ਅੱਛੇ ਨਹੀਂ ਹੈਗੇ ਜੀ ਜੀ ਪਾਰਟੀਆਂ ਦਾ ਦੇਖੋ ਪਾਰਟੀ ਦੀ ਡਿਵੈਲਪਮੈਂਟ ਦੀ ਬਜਾਏ ਨਾ ਪਾਰਟੀ ਰੂਲ ਸੈਂਟ੍ਰਿਕ ਹੋ ਚੁੱਕੇ ਆ ਨੇ ਆਪਣੇ ਹਰ ਨੂੰ ਇਹੀ ਹੈ ਕਿ ਰਾਜ ਮੈਚ ਲਾਵਾ ਰਾਜ ਮੈਚ ਲਾਵਾ ਉਦੇ ਬਿਹਾਫ ਤੇ ਕਿਸੇ ਥਰਡ ਪਾਰਟੀ ਦੀ ਕ੍ਰिएशन ਨੂੰ ਲੈ ਕੇ ਆਪਾਂ ਲਾਗੂ ਕਰਨ ਦੀ ਕੋਸ਼ਿਸ਼ ਕਰਦੇ ਡੀਮੋਨਟਾਈਜ਼ੇਸ਼ਨ ਵਗੈਰਾ ਇਹ ਸਾਰੀ ਜਿੰਨਾ ਕੁਝ ਵੀ ਸੀਗਾ ਅਰਥ ਸ਼ਾਸਤਰਾਂ ਜੋ ਆਇਆ ਸੀਗਾ ਇਹਨਾਂ ਨੇ ਅਰਥ ਸ਼ਾਸਤਰਾਂ ਨੂੰ ਲੈ ਕੇ ਅਪਣਾਉਣਾ ਸ਼ੁਰੂ ਕਰਤਾ ਪਰ ਉਹਨਾਂ ਨੂੰ ਚਲਾਉਣਾ ਨਹੀਂ ਆਏਗਾ ਆਪਾਂ ਇਹ ਨਹੀਂ ਕਹਿੰਦੇ ਕਿ ਇੱਕ ਸਰਕਾਰ ਗਲਤ ਹੈ ਦੂਜੀ ਸਰਕਾਰ ਮਤਲਬ ਦੂਜੀ ਪਾਰਟੀ ਗਲਤ ਹੈ ਬਟ ਗੱਲ ਇਹ ਹੈ ਕਿ ਜਦੋਂ ਜਿਹੜਾ ਕ੍ਰੀਏਟਰ ਹੈ ਉਹੀ ਇਸ ਚੀਜ਼ ਨੂੰ ਸਮਝ ਸਕਦਾ ਕਿ ਉਹ ਚੀਜ਼ ਕਿੰਨੀ ਕੁ ਵਧੀਆ ਹੈ ਜਿਹੜੇ ਲੋਕਾਂ ਨੂੰ ਰੀਅਲ ਇਸ਼ੂ ਜਿਹੜੇ ਸਹੀ ਮੁੱਦੇ ਹੈ ਜਿਹੜੇ ਕਿ ਉਹਨਾਂ ਦੀ ਲਾਈਫ ਨੂੰ ਡਾਇਰੈਕਟਲੀ ਅਫੈਕਟ ਕਰਦਾ ਉਹਨਾਂ ਨੂੰ ਲੈ ਕੇ ਉਹਨਾਂ ਆਪਾਂ ਜਦੋਂ ਆਪਾਂ ਨੂੰ ਮੌਕਾ ਮਿਲਦਾ ਵੋਟ ਪਾਉਣ ਦਾ ਜਦੋਂ ਆਪਾਂ ਉਸ ਟਾਈਮ ਵੀ ਸਹੀ ਨੇਤਾ ਨਹੀਂ ਚੁਣਾਂਗੇ ਤਾਂ ਫਿਰ ਆਪਾਂ ਸਰਕਾਰ ਨੂੰ ਬਲੇਮ ਨਹੀਂ ਕਰ ਸਕਦੇ ਸਰਕਾਰ ਨੂੰ ਬਲੇਮ ਨਹੀਂ ਕਰ ਸਕਦੇ ਫੈਸਲਾ ਅਸੀਂ ਆਪ ਲੈਣਾ ਹੁੰਦਾ ਵੋਟ ਦੇਣ ਲੱਗੇ ਤੁਸੀਂ ਅਗਰ ਕੱਲ ਨੂੰ ਲੀਡਰ ਬਣ ਜਾਓ ਕੀ ਕਦੇ ਮਨ 'ਚ ਸੋਚਿਆ ਕਿ ਮੈਂ ਲੀਡਰ ਬਣ ਜਾਵਾਂ ਬਨਣਾ ਹੀ ਹੋਵੇ ਵੀਰੇ ਲੀਡਰ ਹੀ ਬਨਣਾ ਹੈ ਹਾਂਜੀ ਬਈ ਤਾਂ ਕੀ ਸੋਚ ਕੀ ਆ ਲੀਡਰ ਬਣ ਕੇ ਜਿੱਦਾਂ ਪਹਿਲਾਂ ਲਾਂਭੇ ਦੇਈ ਜਾਂਦੇ ਤੁਹਾਡੇ ਬਾਕੀ ਸਾਥੀ ਤੇ ਤੁਹਾਨੂੰ ਵੀ ਲਾਂਭੇ ਨਾ ਮਿਲਦੇ ਹੋਇਆ ਕਰਨ ਬਈ ਉਹ ਤਾਂ ਆਪਦੇ ਕੰਮ ਤੇ ਡਿਪੈਂਡ ਆ ਬਈ ਲਾਂਭੇ ਲੈਣੇ ਆ ਕਿ ਨਹੀਂ ਲੈਣੇ ਠੀਕ ਹੈ ਵੀਰੇ ਬਾਕੀ ਹੁਣ ਵੇਖੋ ਪੁਰਾਣੀ ਸਰਕਾਰ ਚ ਮੋਦੀ ਸਰਕਾਰ ਚ ਕੀ ਕੀਤਾ ਉਹਨੇ ਕੁਝ ਵੀ ਨਹੀਂ ਕੀਤਾ ਨੋਟਬੰਦੀ ਕਰਤੀ ਉਹਨੇ ਠੀਕ ਹੈ ਗਰੀਬ ਮਾਰੇ ਗਏ ਕੋਈ ਫਾਇਦਾ ਹੋਇਆ ਆਪਣੇ ਗਰੀਬਾਂ ਦਾ ਆਪਣੀ ਕੈਪਟਨ ਸਰਕਾਰ ਆ ਠੀਕ ਹੈ ਲੋ ਭੈਣ ਨੇ ਕਿਹਾ ਕੀ ਕਰ ਜੇ ਮਾਫ ਨਹੀਂ ਹੋਏ ਹੇ 2 ਸਾਲ ਹੋਇਆ ਸਰਕਾਰਾਂ ਇਹਨੂੰ ਕਿੰਨੇ ਲੋਕਾਂ ਦੇ ਕਰਜ਼ੇ ਮਾਫ ਹੋ ਗਏ ਸਾਡੇ ਫ੍ਰੀ ਕੋਰਟ ਦੇ ਵਿੱਚ ਹੀ 14000 ਪਰਿਵਾਰਾਂ ਦੇ ਹਨ 14000 ਲੋਕਾਂ ਦੇ ਕਰਜ਼ੇ ਮਾਫ ਹੋਇਆ 68 ਕਰੋੜ ਰੁਪਇਆ ਆਇਆ ਕਰਜ਼ਾ ਮਾਫ ਹੋਇਆ ਇਹਨਾਂ ਕਾਫੀ ਜਾਣ ਕੇ ਰੱਖ ਦਿਓ ਲੱਗਦਾ ਪਰਿਵਾਰਕ ਪਿਛੋਕਰ ਥੋੜਾ ਰਾਜਨੀਤੀ ਨਾਲ ਜੁੜਿਆ ਹੋਇਆ ਹੈ ਸਹੀ ਹੈ ਇਹ ਹਾਂਜੀ ਇਹ ਚੱਲਦਾ ਆ ਰਿਹਾ ਮੇਰਾ ਨਾਨਾ ਜੀ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਮੈਂਬਰ ਸੀਗੇ ਪੰਜ ਵਾਰ ਸਰਪੰਚ ਬਣੇ ਆ ਮੁਕਸਰ ਤੋਂ ਬਿਲੋਂਗ ਕਰਦੇ ਵੀਰੋ ਤਾਂ ਨਾਨੇ ਦੀ ਜਿਹੜੀ ਪੋਲਿਟਿਕਸ ਆ ਉਹ ਹੁਣਗਾ ਦੋਤਾ ਸੰਭਾਲਣ ਦੀ ਤਿਆਰੀ ਚ ਐ ਬੋਲਣ ਦੇ ਹੱਪ-ਹਾਵ ਦੱਸਦੇ ਆ ਕਿ ਵਾਕਈ ਲੀਡਰ ਬਣੂਗਾ ਕਿਸਾਨੀ ਕਰਜੇ ਮਾਫ ਹੋ ਗਏ ਹੋਣੇ ਵੀ ਚਾਹੀਦੇ ਨੇ ਪਰ ਉਸ ਦੇ ਲਈ ਕੀ ਪਾਲਿਸੀ ਐ ਕਿ ਕਿਸਾਨੀ ਕਰਜੇ ਦੁਬਾਰਾ ਨਾ ਚੜਨ ਪਾਲਿਸੀ ਹੋਣੀ ਚਾਹੀਦੀ ਨਾ ਬਿਲਕੁਲ ਬਹੁਤ ਅੱਛਾ ਸਵਾਲ ਆ ਬੇਸ਼ੱਕ ਸਰਕਾਰਾਂ ਕਹਿੰਦੀਆਂ ਐ ਕਿ ਅਸੀਂ ਕਰਜ਼ਾ ਮਾਫ ਕਰ ਰਹੇ ਹਾਂ ਪਰ ਕਰਜ਼ਾ ਇੱਕ ਵਾਰੀ ਮਾਫ ਠੀਕ ਐ ਕਰਨ ਦੀ ਕੋਸ਼ਿਸ਼ ਚੱਲ ਰਹੀ ਆ ਪਰ ਇੱਕ ਇਸ ਗੱਲ ਦੀ ਕੀ ਗਾਰੰਟੀ ਹੈ ਕਿ ਉਹ ਕਰਜ਼ਾ ਫਿਰ ਨਹੀਂ ਚੜੂਗਾ ਅਸੀਂ ਕਿਉਂ ਐਸਾ ਸਿਸਟਮ ਪੈਦਾ ਨਹੀਂ ਕਰ 파 ਰਹੇ ਕਿ ਉਹ ਕਰਜ਼ਾ ਦੁਬਾਰਾ ਚੜੇ ਹੀ ਨਾ ਐਨਡੀਏ ਨੇ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਵਾਅਦਾ ਕੀਤਾ ਸੀ ਕਿ ਸੁਆਮੀ 나ਥਨ ਕਮਿਸ਼ਨ ਦੀ ਰਿਪੋਰਟ ਉਹਨਾਂ ਦੀ ਸਰਕਾਰ ਬਣ ਤੋਂ ਬਾਅਦ ਲਾਗੂ ਕੀਤੀ ਜਾਊਗੀ ਸਰ ਪਰ ਉਹ ਹੋਇਆ ਨਹੀਂ ਉਹਨਾਂ ਨੇ ਸਿਰਫ ਉਹ ਚੋਣ ਜੁਮਲੇ ਤੱਕ ਸੀਮਿਤ ਰੱਖਿਆ ਤੇ ਸੁਪਰੀਮ ਕੋਰਟ ਦੇ ਵਿੱਚ ਆਪਣਾ ਹਲਫਨਾਮਾ ਦੇਤਾ ਕਿ ਜੇ ਅਸੀਂ ਸੁਆਮੀ 나ਥਨ ਰਿਪੋਰਟ ਲਾਗੂ ਕਰਦੇ ਹਾਂ ਤਾਂ ਸਾਰਾ ਬਾਜ਼ਾਰ ਹਿੱਲ ਜਾਊਗਾ ਯਾਨੀ ਪਾਲਿਸੀਆਂ ਬਣਦੀਆਂ ਪਰ ਉਹਨਾਂ ਨੂੰ ਇੰਪਲੀਮੈਂਟ ਨਹੀਂ ਕੀਤਾ ਜਾਂਦਾ ਉਹ ਅਦਵਾਟੇ ਲੜਕ ਜਾਂਦੀਆਂ ਜੀ ਸਰ ਪਹਿਲਾਂ ਤਾਂ ਮੈਂ ਇੱਕ ਗੱਲ ਕਹਿਣੀ ਚਾਹਾਂਗਾ ਆਪਾਂ ਨੂੰ ਹਮੇਸ਼ਾ ਉਹਨੇਕ ਵਾਅਦੇ ਕਰਨੇ ਚਾਹੀਦੇ ਜਿੰਨੇ ਆਪਾਂ ਪੂਰੇ ਕਰ ਸਕਦੇ ਆਂ ਪਹਿਲਾਂ ਕੀਤਾ ਫੁੱਲ ਕਰਜ਼ਾ ਮਾਫ ਕਰਾਂਗੇ ਬੇਰਜ਼ਗਾਰੀ ਭੱਤਾ ਦੇਵਾਂਗੇ ਬੇਰਜ਼ਗਾਰੀ ਭੱਤਾ ਇਹਨਾਂ ਨੇ ਕਿਹਾ ਸੀ ਅਸੀਂ 100 ਦਿਨ ਦੇ ਵਿੱਚ ਵਿੱਚ ਲਾਗੂ ਕਰ ਦਾਂਗੇ ਜੇ ਕਾਂਗਰਸ ਦੀ ਸਰਕਾਰ ਆ ਗਈ ਅੱਜ 2.5 ਸਾਲ ਹੋ ਗਏ ਤੇ ਇਹਨਾਂ ਨੇ ਕਿਹਾ ਸੀ 3 ਸਾਲ ਤੱਕ ਅਸੀਂ ਬੇਰਜ਼ਗਾਰੀ ਭੱਤਾ ਦੇਵਾਂਗੇ ਮੇਰੇ ਕੁਐਸਚਨ ਹੈ ਵੀ ਜੀਪੀ ਗਵਰਨਮੈਂਟ ਸੇ ਕਿ ਹੁਣ ਦਾ ਜੋ ਮੇਨ ਟਾਰਗੇਟ ਉਹ ਸਿਰ ਪੋਲਿਟਿਕਸ ਮੇਂ ਲੈ ਕੇ ਆ ਰਹੀ ਹੈ ਜਿਹੜੀ ਰੀਅਲ ਲਾਈਫ ਤੇ ਇੱਕ ਰੀਅਲ ਲਾਈਫ ਹੁੰਦਾ ਸਰ ਦਿਨ ਰਾਤ ਦਾ ਫਰਕ ਹੈ ਜਿੰਦੇ ਚ ਠੀਕ ਆ ਸਰ ਵੀ ਆਪਾਂ ਜੇ ਹੁਣ ਗੱਲ ਕਰੀਏ ਵੀ ਆ ਭਾਜੀ ਨੇ ਕਿਹਾ ਸੀਗਾ ਵੀ ਕੋਈ ਵੀ ਆਪਾਂ ਨੂੰ ਮਿਲਿਆ ਨਹੀਂ ਜਿੱਦਣ ਸਰਕਾਰ ਬਣੀ ਆ ਸਰ ਕਾਂਗਰਸ ਦੀ ਬਾਦਲ ਸਾਹਿਬ ਨੇ 32000 ਕਰੋੜ ਰੁਪਈਆ ਸੈਂਟਰ ਨੂੰ ਫੰਡ ਵਾਪਸ ਕੀਤਾ ਕਿਉਂ ਕੀਤਾ ਭਾਜੀ ਕਿਉਂਕਿ ਉਹ ਚਾਹੁੰਦੇ ਜੇ ਖਜ਼ਾਨਾ ਹੀ ਸਰ ਵਿਲਾ ਹੈਗਾ ਤੇ ਆਪਾਂ ਕਿੱਥੋਂ ਦੇ ਦਾਂਗੇ ਜੇ ਖਜ਼ਾਨਾ ਹੀ ਨਾ ਹੋਊਗਾ ਤੇ ਦੂਜੀ ਗੱਲ ਜੇ ਆਪਾਂ ਕਹੀਏ ਕਿਸਾਨਾਂ ਦੇ ਸਰ ਇਹਨਾਂ ਨੇ ਕੋਈ ਨਹੀਂ ਕੈਪਟਨ ਸਾਹਿਬ ਗਏ ਸੀ ਮੋਦੀ ਸਾਹਿਬ ਕੋਲ ਕਰਜ਼ਾ ਮਾਫ ਇਨਾਂ ਨੇ ਕੋਈ ਕਿਸਾਨਾਂ ਦੀ ਜਿਹੜੀ ਪਰਾਲੀ ਬਲਦੀ ਆ ਉਹਦਾ ਦਾ ਧੂਆ ਜਾਂਦਾ ਦਿੱਲੀ ਜਿਹੜਾ ਕਿਸਾਨ ਖੁਦਕੁਸ਼ੀ ਕਰਕੇ ਮਰ ਰਿਹਾ ਉਹਦਾ ਦਿੱਲੀ ਧੂਆ ਨਹੀਂ ਜਾਂਦਾ ਠੀਕ ਹੈ ਵੱਡਾ ਵੱਡਾ ਸਵਾਲ ਆ ਕਿਸਾਨ ਦੀ ਪਰਾਲੀ ਇਸ ਗੱਲ ਦੇ ਵਿੱਚ ਕੋਈ ਦੋ ਰੈਣੀ ਹੈ ਕਿ ਧੂਆ ਜਿਹੜਾ ਹੁੰਦਾ ਉਹਦੇ ਨਾਲ ਪ੍ਰਦੂਸ਼ਣ ਫੈਲਦਾ ਸਾਡਾ ਵਾਤਾਵਰਣ ਜਿਹੜਾ ਉਹ ਪ੍ਰਦੂਸ਼ਿਤ ਹੁੰਦਾ ਪਰ ਇੱਕ ਕਿਸਾਨ ਦੇ ਪੁੱਤ ਦਾ ਅਲਾਮਬਾ ਵੀ ਆ ਕਿ ਸਾਡੀ ਪਰਾਲੀ ਦਾ ਧੂਆ ਤੁਹਾਨੂੰ ਦਿੱਲੀ ਜਾਂਦਾ ਦਿਖਦਾ ਪਰ ਜਦੋਂ ਇੱਥੇ ਖੁਦਕੁਸ਼ੀ ਕਰ ਚੁੱਕੇ ਕਿਸਾਨ ਦੀ ਲਾਸ਼ ਦਾ ਸੰਸਕਾਰ ਹੁੰਦਾ ਤਾਂ ਉਹਦਾ ਧੂਆ ਤੁਹਾਨੂੰ ਦਿੱਲੀ ਤੱਕ ਨਹੀਂ ਦਿਖਦਾ ਉਹਦੇ ਵੱਲ ਤੁਹਾਨੂੰ ਕੋਈ ਫਿਕਰ ਨਹੀਂ ਆ ਤਾਂ ਕਿਉਂ ਨਹੀਂ ਸਰਕਾਰ ਐਸੀਆਂ ਪਾਲਿਸੀਆਂ ਲੈ ਕੇ ਆਉਂਦੀ ਕਿ ਪਰਾਲੀ ਦਾ ਧੂਆਂ ਵੀ ਰੁਕ ਜੇ ਪਰ ਇਨ੍ਹਾਂ ਕਿਸਾਨਾਂ ਦੀਆਂ ਲਾਸ਼ਾਂ ਦੇ ਸੰਸਕਾਰ ਦਾ ਧੂਆਂ ਵੀ ਰੁਕ ਜੇ ਜੀ ਜਿਵੇਂ ਕਿ ਤੁਹਾਡੇ ਪ੍ਰੋਗਰਾਮ ਦਾ ਨਾਮ ਵੀ ਹੈ ਵੀ ਤੁਹਾਡਾ ਨੇਤਾ ਕਿਵੇਂ ਦਾ ਹੋਣਾ ਚਾਹੀਦਾ ਸਭ ਤੋਂ ਪੰਜਾਬ ਦਾ ਵੱਡਾ ਮੁੱਦਾ ਵਾ ਵੀ ਪੰਜਾਬ ਦਾ ਯੂਥ 60% ਅੰਕੜਿਆਂ ਦੇ ਹਿਸਾਬ ਨਾਲ ਬਾਹਰ ਜਾ ਰਿਹਾ ਵਾ ਉਹ ਕੀ ਕਾਰਨ ਹੈ ਵੀ ਜਿਹੜਾ ਉਹਨਾਂ ਨੂੰ ਬਾਹਰ ਜਾਣਾ ਪੈ ਰਿਹਾ ਕੀ ਸਰਕਾਰਾਂ ਇੰਨੀਆਂ ਮਾੜੀਆਂ ਹੋ ਗਈਆਂ ਵੀ ਉਹ ਆਪ ਦੇ ਯੂਥ ਨੂੰ ਇੱਥੇ ਏਮਪਲੋਇਮੈਂਟ ਨਹੀਂ ਗੈਨ ਕਰਵਾ ਸਕਦੀਆਂ ਅਗਰ ਯੂਥ ਨੂੰ ਇੱਥੇ ਰੋਜ਼ਗਾਰ ਮਿਲ ਜੇ ਤਾਂ ਉਹ ਵਿਦੇਸ਼ਾਂ 'ਚ ਕਿਉਂ ਜਾਵੇ ਕਹਿੰਦੇ ਪੜ੍ਹ ਲਿਖ ਕੇ ਜਿਹੜੀ ਸਾਡੀ ਕ੍ਰੀਮ ਹੈ ਉਹ ਵਿਦੇਸ਼ ਚਲੀ ਜਾਂਦੀ ਹੈ ਕੀ ਅਸੀਂ ਆਪ ਦੇ ਦੇਸ਼ ਨੂੰ ਆਪ ਖੋਖਲਾ ਕਰ ਰਹੇ ਹਾਂ ਕਰਜ਼ਾ ਮਾਫੀ ਨਾ ਕੁਝ ਨਹੀਂ ਹੋਣਾਈ ਨਾ smartphone ਦੇਣ ਨਾਲ ਹੋਣਾ ਇਹ ਕਿਸਾਨਾਂ ਦੀ ਇਨਕਮ ਵਧਾਉਣੀ ਪੈਣੀ ਹੈ ਮੇਨ ਜਿਹੜਾ ਪੁਆਇੰਟ ਹੈ ਇਸ ਤੋਂ ਬਿਨਾ ਕੁਝ ਨਹੀਂ ਹੋ ਸਕਦਾ ਜੀ ਕਿਸਾਨ ਦੀ ਇਨਕਮ ਵਧਾਉਣੀ ਬੇहद ਲਾਜ਼ਮੀ ਹੈ ਜੀ ਨਹੀਂ ਮੇਨ ਗੱਲ ਇਹ ਹੈ ਜੀ ਆਪਾਂ ਕਹਿੰਦੇ ਕੱਲੇ ਬੱਚੇ ਆਪਣੇ ਬਾਹਰ ਜਾਂਦੇ ਕੱਲੇ ਬੱਚੇ ਨਹੀਂ ਬਾਹਰ ਜਾਂਦੇ ਆਪਣੇ ਪੰਜਾਬ ਦਾ ਪੈਸਾ ਹੀ ਬਹੁਤ ਬਾਹਰ ਜਾ ਰਿਹਾ ਬੱਚੇ ਜਾਂਦੇ ਬੱਚੇ 12-12 ਲੱਖ ਰੁਪਏ ਫੀਸ ਜਾਂਦੀ ਹੈ ਬਾਹਰ ਤੇ ਇਹ ਕੱਲਾ ਮੁੱਦਾ ਨਹੀਂ ਜੇ ਕੈਪਟਨ ਕਹਿੰਦਾ ਮੈਂ 스마트ਫੋਨ ਦਊਂਗਾ ਤੇ ਅਕਾਲੀ ਕਹਿੰਦੇ ਅਸੀਂ ਇਹ ਕਰਾਂਗੇ ਮੇਨ ਗੱਲ ਇਹ ਹੈ ਵੀ ਇਹਨਾਂ ਦੇ ਆਪਸ 'ਚ ਰਲ ਕੇ ਸਰਕਾਰਾਂ ਚਲਾਉਂਦੇ ਆ ਇਹ ਤੇ ਪੰਜਾਬੀਆਂ ਨੂੰ ਮੂਰਖ ਬਣਾਉਂਦੇ ਇਹ ਚਾਹੁੰਦੇ ਨੇ ਕਿ ਸਰਕਾਰਾਂ ਐਸਾ ਸਿਸਟਮ ਪੈਦਾ ਕਰ ਦੇਣ ਕਿ ਜਦੋਂ ਨੂੰ ਇਹ ਪੜ੍ਹ ਲਿਖ ਕੇ ਉਸ ਜਗ੍ਹਾ ਤੇ ਪਹੁੰਚਣ ਜਦੋਂ ਆਪਦੀਆਂ ਡਿਗਰੀਆਂ ਕੰਪਲੀਟ ਕਰ ਲੈਣ ਨੌਕਰੀ ਦੇ ਨੇੜੇ ਤੇੜੇ ਪਹੁੰਚਣ ਤਾਂ ਇਹਨਾਂ ਦੇ ਲਈ ਨੌਕਰੀ ਹੋਵੇ ਸਰਕਾਰਾਂ ਉਦੋਂ ਤੱਕਰ ਪ੍ਰਬੰਧ ਕਰ ਲੈਣ ਐਸੀ ਉਮੀਦ ਕਰਦੇ ਨੇ ਇਹ ਵਿਦਿਆਰਥੀ ਹੋਰ ਵਿਦਿਆਰਥੀਆਂ ਨਾਲ ਗੱਲ ਕਰ ਲੈਣੇ ਕੁਝ ਪਿੱਛੇ ਖੜੇ ਨੇ ਜੀ ਸਰ ਐਸਸੀਐਸਟੀ ਐਕਟ ਖਤਮ ਹੋਣਾ ਚਾਹੀਦਾ ਸਰ ਕਿਉਂਕਿ ਸਰਕਾਰਾਂੋਂ ਤੋਂ ਲੈਵਲ ਤੇ ਬਹੁਤ ਵੱਡੇ ਲੈਵਲ ਤੇ ਦੇਸ਼ ਨੂੰ ਖਾਰੀਆਂ ਖੋਖਲਾ ਕਰ ਰਹੀਆਂ ਸਾਰੇ ਇਸ ਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ ਜਿਹੜੇ ਪੂਰਵ ਸੈਮਲੀ ਹੈ ਉਹਨਾਂ ਨੂੰ ਐਸਟੀ ਵਿਅਕਤੀ ਐਕਟ ਦੀਆਂ ਸਹੂਲਤਾਂ ਉਹਨਾਂ ਨੂੰ ਦੇਣੀਆਂ ਚਾਹੀਦੀਆਂ ਹਨ ਰਿਜ਼ਰਵੇਸ਼ਨ ਸਰ ਉਹਨਾਂ ਨੂੰ ਦੇਣੀ ਚਾਹੀਦੀ ਹੈ ਜਿਹੜੇ ਚਾਹੇ ਜਨਰਲ ਕੈਟਾਗਰੀ ਹੈ ਚਾਹੇ ਕੋਈ ਵੀ ਹੈ ਸਰ ਰਿਜ਼ਰਵੇਸ਼ਨ ਇਹ ਇੱਕ ਵੱਡਾ ਚਰਚਾ ਦਾ ਵਿਸ਼ਾ ਹੈ ਚਰਚਾਵਾਂ ਹੁੰਦੀਆਂ ਵੀ ਰਹੀਆਂ ਨੇ ਪਰ ਕਿਸੇ ਨਤੀਜੇ ਤੱਕ ਕਦੇ ਵੀ ਇਹ ਮੁੱਦਾ ਜਿਹੜਾ ਨਹੀਂ ਪਹੁੰਚ ਸਕਿਆ ਕੈਪਟਨ ਸਰਕਾਰ ਕਹਿੰਦੀ ਸੀ ਕਿ ਬਾਦਲਾਂ ਨੇ ਨਸ਼ਾ ਬਹੁਤ ਫਲਾਤਾ ਪੰਜਾਬ ਦੇ ਵਿੱਚ ਜਿਹਨਾਂ ਨੇ ਨਸ਼ਾ ਫਲਾਇਆ ਸੀ ਉਹਨਾਂ ਨੇ ਪਿੰਡਾਂ ਦੇ ਵਿੱਚ ਥਾਂ-ਥਾਂ ਦੇ ਜਿੰਮੇ ਵੀ ਖੋਲ੍ਹ ਲਿਆ ਸੀਗੇ ਉਹਨੇ ਆਪਣੀ ਸਿਹਤ ਦੇ ਲਈ ਠੀਕ ਕੈਪਟਨ ਸਰਕਾਰਾਂ ਹੀ ਸਾਰੀਆਂ ਜਿੰਮਾ ਬੰਦ ਕਰਤੀਆਂ ਜੀ ਯਾਨੀ ਇੱਕ ਸਰਕਾਰ ਆਉਂਦੀ ਹੈ ਚੀਜ਼ਾਂ ਬਣਵਾ ਦਿੰਦੀ ਹੈ ਦੂਜੀ ਸਰਕਾਰ ਆਉਂਦੀ ਹੈ ਉਹਨਾਂ ਨੇ ਜਿੰਦਾ ਲਾ ਦਿੰਦੀ ਹੈ ਇਸ ਤਰ੍ਹਾਂ ਦੀ ਨਿਰਾਸ਼ਾ ਇਹ ਆਮ ਲੋਕ ਜਿਹੜੇ ਆਮ ਪਰਿਵਾਰਾਂ ਦੇ ਵਿੱਚੋਂ ਆਏ ਹੋਏ ਇਹ ਵਿਦਿਆਰਥੀ ਨੇ ਇਹ ਇਹ ਸਭ ਸੋਚਦੇ ਨੇ ਕਿ ਆਖਿਰ ਸਰਕਾਰਾਂ ਸੋਚ ਸਮਝ ਕੇ ਪਾਲਿਸੀ ਕਿਉਂ ਨਹੀਂ ਤਿਆਰ ਕਰਦੀਆਂ ਭਾਈ ਜੀ ਨੇ ਗੱਲ ਕੀਤੀ ਵੀ ਰਿਜ਼ਰਵੇਸ਼ਨ ਜਿਹੜੀ ਹੁੰਦੀ ਜਾਤੀ ਦੇ ਹਣਾ ਆਧਾਰ ਤੇ ਨਹੀਂ ਹੋਣੀ ਚਾਹੀਦੀ ਚਲੋ ਠੀਕ ਆ ਮੈਂ ਮੰਨਦਾ ਵੀ ਜਿਹੜੇ ਡੰਡਲ ਹੁੰਦੇ ਉਹ ਵੀ ਬਹੁਤ ਕਈ ਗਰੀਬ ਹੁੰਦੇ ਆ ਬਟ ਹੁਣ ਦੇਖੋ ਜੇ ਆਪਾਂ ਦੇਖੀਏ ਮੰਦਰਾਂ ਦੇ ਵਿੱਚ ਜਿਹੜੇ ਹੁੰਦੇ ਆ ਨਾ ਪੁਜਾਰੀ ਹੁੰਦੇ ਆ ਉਹ ਹਮੇਸ਼ਾ ਬ੍ਰਾਹਮਣੀ ਕਿਉਂ ਹੁੰਦੇ ਐਸੀ ਕਿਉਂ ਨਹੀਂ ਹੁੰਦਾ ਠੀਕ ਆ ਜਿਹੜੇ ਗਟਰ ਵਗੈਰਾ ਸਾਫ ਕਰਦੇ ਆ ਉਹ ਜਨਰਲ ਕਿਉਂ ਨਹੀਂ ਹੁੰਦਾ ਐਸੀ ਕਿਉਂ ਹੀ ਹੁੰਦਾ ਠੀਕ ਹੈ ਨਾ ਇਸੇ ਕਰਕੇ ਮੈਂ ਇਹ ਕਹਿੰਦਾ ਵੀ ਰਿਜ਼ਰਵੇਸ਼ਨ ਚਲੋ ਠੀਕ ਹੈ ਜਿਹੜੇ ਬੰਦਿਆਂ ਦੀ ਇਨਕਮ ਲੋ ਆ ਜਰਨਲ ਆ ਉਹਨਾਂ ਨੂੰ ਵੀ ਠੀਕ ਆ ਚਲੋ ਮਿਲਣੀ ਚਾਹੀਦੀ ਆ ਠੀਕ ਆ ਮੈਂ ਇਹ ਗੱਲ ਨੂੰ ਐਗਰੀ ਕਰਦਾ ਕਿਉਂਕਿ ਜਿਹੜਾ 2-4 ਕਿੱल्ल्या ਦਾ ਮਾਲਕ ਹਨ ਉਹ ਕੋਈ ਵਿਚਾਰਾ ਇੰਨਾ ਕੋਈ ਵੱਡਾ ਨਹੀਂ ਹੁੰਦਾਗਾ ਇੱਥੇ ਜਿੰਨੇ ਵੀ ਖੜੇ ਕਿਸੇ ਨੇ ਹੈਲਥ ਬਾਰੇ ਗੱਲ ਕੀਤੀ ਆ ਤੁਸੀਂ ਹਸਪੀਟਲ ਦੇ ਵਿੱਚ ਜਾ ਕੇ ਦੇਖੋ ਆਪਾਂ ਬਹੁਤ ਨਾਰੇ ਲਾ ਲਏ ਬੇਟੀ ਪੜਾਓ ਬੇਟੀ ਬਚਾਓ ਕਦੇ ਦੇਖਿਆ ਵੀ ਇੱਕ ਉੱਥੇ ਬੇਟੀ ਮਰਦੀ ਪਈ ਆ ਪੈਸੇ ਵੱਖਿਓ ਕਿ ਆਪਾਂ ਜੋ ਪੇਪਰ ਹੁੰਦਾ ਨਾ ਇੱਕ ਆਪਾਂ ਫਲਾਈਂਗ ਭੇਜ ਦਿੰਦੇ ਆ ਕਦੇ ਵੀ ਕੋਈ ਸਰਕਾਰ ਆਈ ਹੈ ਕੋਈ ਐਮ ਐਲ ਏ ਆਇਆ ਵੀ ਹਸਪੀਟਲਾਂ ਦੇ ਵਿੱਚ ਜਾ ਕੇ ਫਲਾਈਂਗ ਤਾਂ ਦੇਖੀਏ ਫਲਾਈਂਗ ਮਾਰੀ ਹੈ ਵੀ ਕੀ ਕਰਦੇ ਪਏ ਡਾਕਟਰ ਕਿੰਨੀ ਦੀ ਦਵਾਈ ਆ ਰਹੀ ਹੈ ਮੈਂ ਕਾ ਹਸਪੀਟਲ ਜਾਣਾ ਮੈਂ ਸੋਸ਼ਲ ਵਰਕਰ ਆ ਵੀਰੇ ਤੇ ਇੱਕ 380 ਰੁਪਏ ਦਵਾਈ ਦਾ ਪ੍ਰਿੰਟ ਆ ਤੇ ਉਹ 60 ਰੁਪਏ ਦੀ ਆਈ ਸੀ ਕੀ ਇਹ ਲਕੋਣੀ ਹੈ ਕੀ ਗਰੀਬ ਮਰ ਨਹੀਂ ਰਿਹਾ ਇਸ ਚੀਜ਼ ਪਿੱਛੇ ਹੈਲਥ ਬਾਰੇ ਕੀ ਕਰ ਰਹੀ ਹੈ ਸਰਕਾਰ 30000 ਕਰੋੜ ਦਾ ਮੋਦੀ ਸਾਹਿਬ ਨੇ ਬੋਤਲ ਆ ਲਿਆ ਕੀ ਉਹ ਇੱਕ ਹਸਪੀਟਲ ਨਹੀਂ ਸੈਟ ਅਪ ਕਰ ਸਕਦੀ ਵੀ ਇੱਕ ਜਿੱਥੇ ਗਰੀਬ ਦਾ ਇਲਾਜ ਹੋ ਜੇ ਹੈਲਥ ਔਰ এডਿਕੇਸ਼ਨ ਬੇਸਿਕਲੀ ਇਹ ਬੁਨਿਆਦੀ ਲੋੜਾਂ ਜਿਹੜੀਆਂ ਲੋਕਾਂ ਦੀਆਂ ਇਹੀ ਨੇ ਹੋਰ ਸਰਕਾਰਾਂ ਤੋਂ ਕੋਈ ਘਰ ਜਾਂ ਉਠਕੁੜਾ ਨਹੀਂ ਲੋਕ ਮੰਗਦੇ ਸਰਕਾਰਾਂ ਤੋਂ ਲੋਕ ਮੰਗਦੇ ਨੇ ਅੱਛੀ ਹੈਲਥ ਅੱਛੀ এডਿਕੇਸ਼ਨ ਔਰ ਕਾਨੂੰਨ ਵਿਵਸਥਾ ਇਹੀ ਉਮੀਦ ਦੇ ਨਾਲ ਵੋਟਾਂ ਪੈਂਦੀਆਂ ਨੇ ਔਰ ਲੀਡਰ ਚੁਣੇ ਜਾਂਦੇ ਨੇ ਜਾ ਕੇ ਕੁਰਸੀਆਂ ਤੇ ਬਹਿ ਜਾਂਦੇ ਆ ਉਸ ਤੋਂ ਬਾਅਦ ਨਾ ਹੈਲਥ ਯਾਦ ਰਹਿੰਦੀ ਹੈ ਨਾ এডਿਕੇਸ਼ਨ ਯਾਦ ਰਹਿੰਦੀ ਆ देयर ਮਸਟ ਬੀ ਵਨ ਲਾਅ ਮੇਰੇ ਭਾਈ ਇਲੈਕਸ਼ਨ ਕਮਿਸ਼ਨ ਕੇ ਜਿੰਨੇ ਵੀ ਉਹ ਪ੍ਰੋਮਿਸ ਕਰਦੇ ਨੇ ਇੱਕ ਲਾਅ ਹੋਣਾ ਚਾਹੀਦਾ ਹੈ ਕੋਈ ਵੀ ਪੋਲਿਟੀਕਲ ਪਾਰਟੀ ਜੋ ਰੋਲਿੰਗ ਦੇ ਵਿੱਚ ਆਏਗੀ ਉਹ ਜਿਹੜਾ ਲਾਅ ਬਣਾਏਗੀ ਜਿੰਨੇ ਵੀ ਸਕੀਮਾਂ ਹੋਣਗੀਆਂ ਉਹਨਾਂ ਨੂੰ ਬਣਾਉਣੀਆਂ ਚਾਹੀਦੀ ਉਸ ਤੋਂ ਬਾਅਦ ਜਿੰਨੇ ਵੀ ਪੀਐਨ ਦੇ ਲਈ ਤੇ ਕੁਆਲੀਫਿਕੇਸ਼ਨ ਸੈੱਟ ਕੀਤੀ ਗਈ ਹੈਗੀ ਗਵਰਨਮੈਂਟ ਵੱਲੋਂ ਕਿ ਅਨੀ ਕੁਆਲੀਫਿਕੇਸ਼ਨ ਚਾਹੀਦੀ ਹੈ ਬਟ ਵੈਨ ਇਟ ਕਮ ਟੂ ਐਮਐਲਏਜ਼ ਐਂਡ ਐਮਪੀਜ਼ ਕੋਈ ਕੁਆਲੀਫਿਕੇਸ਼ਨ ਸੈੱਟ ਨਹੀਂ ਹੈਗੀ ਐਂਡ ਸੇਮ ਇਫ ਵੀ ਟਾਕ ਅਬਾਊਟ ਬੀਜਪੀ ਉਹ ਗਵਰਨਮੈਂਟ ਦੇ ਵਿੱਚ ਆਏ ਸੀਗੇ ਕਿ ਉਹ ਜੋ ਉਹਨੂੰ ਇੰਟਰਡਿਊਸ ਕਰਨਗੇ ਉਹ ਵੀ ਨਹੀਂ ਕੀਤਾ ਗਿਆ ਰਾਮ ਮੰਦਰ ਬਣਾਣਗੇ ਈਚ ਪਰਸਨ ਦੇ ਅਕਾਊਂਟ ਦੇ ਵਿੱਚ 15 ਲੱਖ ਰੁਪਏ ਆਣਗੇ ਸੋ ਐਤਾਂ ਕੁਛ ਨਹੀਂ ਅਗਰ ਇੱਕ ਲਾ ਹੋਏਗਾ ਉਦਾਂ ਦਾ ਤਾਂ ਪੋਲਿਟਿਕਲ ਪਾਰਟੀ ਸਕੀਮ ਬਣਾਉਣ ਤੋਂ ਪਹਿਲਾਂ ਜੇ ਸੋਚਣ ਗਿਆ ਜ਼ਰੂਰ ਐ ਲੋਕਾਂ ਨੂੰ ਲਾਲਚ ਦੇ ਕੇ ਰੂਲਿੰਗ ਪਾਰਟੀ ਨਹੀਂ ਬਣ ਗਿਆ ਤਾਂ ਵਾਦੇ ਕਰਦੇ ਨੇ ਸੱਤਾ ਚਾਉਣ ਦੇ ਲਈ ਕੁਰਸੀ ਹਾਸਲ ਕਰਨ ਦੇ ਲਈ ਵਾਦੇ ਵੱਡੇ ਵੱਡੇ ਹੁੰਦੇ ਆ ਪਰ ਜਿੱਦਾਂ ਹੀ ਕੁਰਸੀ ਮਿਲੀ ਉਹ ਵਾਦੇ ਹਵਾ ਹੋ ਜਾਂਦੇ ਨਸ਼ੇ ਹਜੇ ਵੀ ਆ ਨਸ਼ਾ ਮਹਿੰਗਾ ਜ਼ਰੂਰ ਹੋ ਗਿਆ ਸਰਕਾਰਾਂ ਨੂੰ ਇਹ ਆ ਕਿ ਜਿਹੜੀ ਜੂਥ ਹੈ ਨਾ ਉਹ ਵੱਧ ਤੋਂ ਵੱਧ ਜਿਹੜੀ ਨਸ਼ੇ ਵਿੱਚ ਲੱਗੇ ਤੇ ਇਹ ਦਬ ਕੇ ਰਵੇ ਠੀਕ ਆ ਸਰ ਨਸ਼ੇ ਨੂੰ ਸਪਰੈਡ ਨਹੀਂ ਇਸੇ ਲਈ ਕੀਤਾ ਜਾ ਰਿਹਾ ਆ ਸੋਚ ਸਾਡੇ ਯੂਥ ਦੀ ਹੋ ਗਈ ਹੈ ਕਹਿੰਦੇ ਕਿ ਸ਼ਾਇਦ ਸਰਕਾਰਾਂ ਜਿਹੜੀਆਂ ਚਾਹੁੰਦੀਆਂ ਹੀ ਨਹੀਂ ਕਿ ਸਾਡਾ ਯੂਥ ਨਸ਼ੇ ਦੇ ਵਿੱਚੋਂ ਬਾਹਰ ਆਵੇ ਕਿਉਂਕਿ ਅਗਰ ਯੂਥ ਨਸ਼ੇ ਤੋਂ ਬਾਹਰ ਆਏਗਾ ਤਾਂ ਉਹਦਾ ਦਿਮਾਗ ਕੰਮ ਕਰਨ ਲੱਗ ਜਾਊਗਾ ਦਿਮਾਗ ਕੰਮ ਕਰਨ ਲੱਗ ਗਿਆ ਤਾਂ ਸਰਕਾਰਾਂ ਨੂੰ ਸਵਾਲ ਕਰੂਗਾ ਗੱਲ ਨਸ਼ਿਆਂ ਦੀ ਕੀਤੀ ਸੀ ਮੇਰੀ ਭੈਣ ਨੇ ਤੇ ਨਸ਼ੇ ਤਾਂ ਇਦਾਂ ਜੀ ਕੋਈ ਹੁਣ ਵੱਡੀ ਕੀਪ ਕੋਈ ਫੜੀ ਜਾਂਦੀ ਹੈ ਕਿਤੇ ਤਾਂ ਦੱਸੇ ਕੋਈ ਹੁਣ ਜਦੋਂ ਬੰਦਾ ਹੀ ਛੱਡਦਾ ਹੀ ਨਹੀਂ ਜਿੰਨੀ ਤੇ ਡਿਮਾਂਡ ਹੈ ਸਪਲਾਈ ਤਾਂ ਰਹੂਗੀ ਉਸ ਚੀਜ਼ ਦੀ ਜੀ ਵੱਡੀਆਂ ਮੱਛੀਆਂ ਸਾਰੀਆਂ ਫੜ ਲੀਆਂ ਹੁਣ ਛੋਟੇ ਛੋਟੇ ਰਹਿ ਗਏ ਜਿੱਥੇ ਵੀ ਪਤਾ ਲੱਗਦਾ ਹੈ ਉੱਥੇ ਰੇਡਸ ਹੁੰਦੀਆਂ ਉਹਨਾਂ ਨੂੰ ਫੜ ਕੇ ਲਿਆਉਂਦੇ ਆ ਠੀਕ ਹੈ ਜੀ ਮਾਂ ਪਿਓ ਜੇ ਸਾਥ ਦੇਣਗੇ ਮਾਪਿਓ ਨੂੰ ਪਤਾ ਹੈ ਸਾਡਾ ਪੁੱਤ ਨਸ਼ੇ ਕਰਦਾ ਹੈ ਤੇ ਉਹਨਾਂ ਨੂੰ ਸੈਂਟਰ ਖੋਲ੍ਹਿਆ ਥਾਂ ਤਾਂ ਤੇ ਸੈਂਟਰ ਸੈਂਟਰ ਚ ਲੈ ਕੇ ਜਾਣ ਬਿਲਕੁਲ ਇਸ ਗੱਲ 'ਚ ਇਹਦਾ ਮੈਂ ਕਿ ਮਾਪਿਓ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਣੀ ਪਵੇਗੀ ਕਿ ਉਹਨਾਂ ਦਾ ਬੱਚਾ ਅਗਰ ਨਸ਼ਾ ਕਰਦਾ ਹੈ ਤਾਂ ਕਿਸ ਤਰ੍ਹਾਂ ਉਸ ਨੂੰ ਇਸ ਜੰਗਾਲ 'ਚੋਂ ਬਾਹਰ ਲਿਆਉਣਾ ਜਾਂ ਫਿਰ ਉਸ ਦੀ ਜਿਹੜੀ ਹੈ ਪਾਲਣ-ਪੋਸ਼ਣਾ ਉਸ ਦਾ ਵੀ ਖਿਆਲ ਰੱਖਣਾ ਪਵੇਗਾ ਆਪਣੇ ਬੱਚਿਆਂ ਤੇ ਧਿਆਨ ਦੇਣਾ ਪਵੇਗਾ ਜੀ ਨੇਤਾ ਹੋਵੇ ਮਹਾਰਾ ਜਨੀ ਸਿੰਘ ਵਰਗਾ ਪਾਣੀ ਵਾਂਗੂ ਸਾਫ਼ ਪਵਿੱਤਰ ਤੇ ਜਿਹਦਾ ਹੋਵੇ ਕਿਸੇ ਨਾਲ ਕੋਈ ਭੇਦ ਭਾਵਨਾ ਕਰੇ ਹਾਂ ਇੱਥੇ ਪਰ ਇਸ ਕਿਸੇ ਵੀ ਲੀਡਰ ਦੀ ਗੱਲ ਕਰੀਏ ਨੇਤਾ ਦੀ ਗੱਲ ਕਰੀਗੇ ਉਹ ਜਾਂ ਪਰਛਟ ਹੁੰਦਾ ਜਾਂ ਫਰੋ ਦੇ ਕੋਈ ਕਾਰੋਬਾਰ ਦਾ ਗਲਤ ਕਾਰੋਬਾਰ ਦਾ આરોਪ ਲੱਗਾ ਹੋਇਆ ਹੁੰਦਾ ਰਹੀ ਗੱਲ ਨਸ਼ਿਆਂ ਦੀ ਜੇ ਜੱਗੀ ਜੋਰ ਨੂੰ ਇੰਗਲੈਂਡ ਵਿੱਚ ਜਾ ਕੇ ਫੜ ਸਕਦੇ ਆ ਤਾਂ ਸਰਕਾਰ ਇੱਥੋਂ ਬਾਰਡਰ ਤੋਂ ਪਾਰ ਚਿੱਟੇ ਨੂੰ ਕਿਉਂ ਨਹੀਂ ਰੋਕ ਸਕਦੀ ਸਰਕਾਰ ਕੀ ਨਹੀਂ ਕਰ ਸਕਦੀ ਸਰਕਾਰ ਕੋਲ ਹਰ ਇੱਕ ਪਾਲਿਸੀ ਹੁੰਦੀ ਆ ਸੋ ਇਹਨੀਆਂ ਸਵਾਲ ਅੱਜ ਦੀਆਂ ਸਰਕਾਰਾਂ ਤੇ ਹਰ ਇੱਕ ਕਿਸੇ ਨਾਲ ਗੱਲ ਕਰ ਲਓ ਸਵਾਲ ਅੱਜ ਦੀਆਂ ਸਰਕਾਰਾਂ ਦੀ ਚੁੱਕ ਰਹੇ ਨੇ ਜੀ ਕੋਈ ਵੀ ਨੇਤਾਾਂ ਦਾ ਕੋਈ ਵੀ ਲੀਡਰਾਂ ਦਾਗਾ ਕੋਈ ਵੀ ਆਪਦੀਆਂ ਗੱਲਾਂ ਹੀ ਕਰਦੇ ਆ ਕੋਈ ਵਾਤਾਵਰਨ ਦੀ ਗੱਲ ਨਹੀਂ ਕਰਦਾ ਹੁਣ ਜੇ ਰੋਡ ਬਣਾਣੇ ਹੁੰਦੇ ਆ ਹੁਣ ਵੱਡੇ ਰੋਡ ਬਣਾਏ ਆ ਕਿੰਨੇ ਇਹਨਾਂ ਰੁੱਖ ਵੜ ਤੇ ਜਿਹੜਾ ਫਰੀਦਕੋਟੇ ਨਹਿਰਾਂ ਨਹਿਰ ਦਾ ਪਾਣੀ ਕਾਲਾ ਹੋ ਚੁੱਕਿਆਗਾ ਕਿੰਨੀਆਂ ਮੱਛੀਆਂ ਮਾਰ ਰਹੀਆਂ ਕੋਈ ਵਾਤਾਵਰਨ ਕਰਨੀ ਦੇਣਾਂ ਧਿਆਨ ਹੈ ਨਹੀਂਗਾ ਇਹਨਾਂ ਨੂੰ ਹੈ ਵੀ ਆਪਦੀ ਜੇਬ ਭਰ ਲਈਏ ਬਸ ਵੱਡਾ ਸਵਾਲ ਆ ਜਿਹੜੀ ਫਰੀਦਕੋਟ ਦੀਆਂ ਨਹਿਰਾਂ ਦੀ ਗੱਲ ਕੀਤੀ ਹੈ ਹਰੀਕੇ ਪੱਤਨ ਤੋਂ ਜਿਹੜਾ ਪਾਣੀ ਇਹ ਆਉਂਦਾ ਹੈ ਤਾਂ ਹਰੀਕੇ ਦਰਿਆ ਇਸ ਵੇਲੇ ਜ਼ਿਆਦਾਤਰ ਉਹਦਾ ਹਿੱਸਾ ਜਿਹੜਾ ਪਾਣੀ ਨਾਲ ਕਾਲਾ ਹੋ ਚੁੱਕਿਆ ਇਹਨਾਂ ਫਰੀਦਕੋਟ ਦੀਆਂ ਦੋ ਨਹਿਰਾਂ ਨੇ ਰਾਜਸਥਾਨ ਤੱਕ ਪਾਣੀ ਜਾਂਦਾ ਕਾਲਾ ਪਾਣੀ ਇਹਨਾਂ ਨਹਿਰਾਂ ਦੇ ਵਿੱਚ ਆਉਂਦਾ ਹੈ ਔਰ ਆਸ-ਪਾਸ ਦੇ ਲੋਕ ਇਹੀ ਕਾਲਾ ਪਾਣੀ ਪੀਣ ਲਈ ਮਜਬੂਰ ਨੇ ਹਜ਼ਾਰਾਂ ਮੱਛੀਆਂ ਮਰ ਚੁੱਕੀਆਂ ਨੇ ਮਤਲਬ ਕੋਈ ਦਿਨ ਤੇ ਲਈ ਉੱਠਦਾ মিডিਆ 'ਚ ਆਉਂਦਾ ਹੈ ਲੀਡਰ ਜਾਗਦੇ ਆ ਬਿਆਨ ਦਿੰਦੇ ਆ ਥੋੜੀ-ਬੋਤੀ ਕਾਰਵਾਈ ਹੁੰਦੀ ਹੈ ਇੱਕ ਅੱਧੀ ਫੈਕਟਰੀ ਨੂੰ ਜੁਰਮਾਨਾ ਹੁੰਦਾ ਉਸ ਤੋਂ ਬਾਅਦ ਫਿਰ ਤੋਂ ਉਹੀ ਪੰਚਾਂ ਦਾ ਕੀ ਅਸਰ ਮਥੇ ਪ੍ਰਣਾਲਾ ਉੱਥੇ ਦਾ ਉੱਥੇ ਲੋਕ ਰੌਲਾ ਪਾਉਂਦੇ ਚੀਕਾਂ ਮਾਰਦੇ ਆ ਤਾਂ ਕੁਝ ਦਿਨ ਲਈ ਅਸਰ ਹੋ ਜਾਂਦਾ ਪਰ ਉਸ ਤੋਂ ਬਾਅਦ ਹਾਲਾਤ ਕਹਾਣੀ ਫਿਰ ਤੋਂ ਹੀ ਆਮ ਲੋਕ ਪਿਸਦੇ ਰਹਿਣ ਮਰਦੇ ਰਹਿਣ ਕਾਲਾ ਪਾਣੀ ਪੀਂਦੇ ਰਹਿਣ ਸਾਨੂੰ ਕੋਈ ਪਰਵਾਹ ਨਹੀਂ ਮੀਂਹਪਿੰਦਰ ਸੇਖੋਂ ਨੇ ਸਾਡੇ ਨਾਲ ਮੁੱਖ ਸੇਵਾਦਾਰ ਨੇ ਬਾਬਾ ਫਰੀ ਸੰਸਥਾਵਾਂ ਦੇ ਮੀਂਹਪਿੰਦਰ ਜੀ ਤੁਸੀਂ ਦੇਖਿਆ ਕਿ ਜਿੰਨੇ ਸਟੂਡੈਂਟ ਨੇ ਲਾਦੇ ਤੁਸੀਂ ਖੁਦ ਵੀ ਵਕੀਲ ਹੋ ਤਾਂ ਬੜੇ ਨਿਰਾਸ਼ ਨੇ ਰਾਜਨੀਤੀ ਤੋਂ ਇੰਨਾ ਸਾਡਾ ਯੂਥ ਕਿਉਂ ਨਿਰਾਸ਼ ਹੋ ਗਿਆ ਨਪਿੰਦਰ ਜੀ ਗੱਲ ਸੱਚੀ ਤਾਂ ਇਹ ਹੈ ਕਿ ਜਿੰਨਾ ਸਰਕਾਰਾਂ ਨੂੰ ਇਹ ਸੋਚਣਾ ਚਾਹੀਦਾ ਸੀ ਵੀ ਅਸੀਂ ਲੋਕਾਂ ਨੂੰ ਰੋਜ਼ਗਾਰ ਦਈਏ ਜਾਂ ਉਹਨਾਂ ਨੂੰ ਸਿੱਧੇ ਰਾਹ ਪਾਈਏ ਉਹਨਾਂ ਨੇ ਰੁੱਖ ਉਧਰ ਅਪਣਾਉਣ ਦੀ ਥਾਂ ਤੇ ਰੁੱਖ ਇਹ ਅਪਣਾ ਲਿਆ ਕਿ ਜੇ ਅਸੀਂ ਆਵਾਂਗੇ ਤਾਂ ਆਟਾ ਦਾਲ ਸਕੀਮ ਫ੍ਰੀ ਹੋਊਗੀ ਉਹਨਾਂ ਨੂੰ ਅਣਖੀ ਮਣੋਖ ਨਹੀਂ ਬਣਾਉਣਾ ਜਿਹੜੇ ਪੰਜਾਬੀਆਂ ਦੀ ਕੌਮ ਸੀ ਉਹ ਮਿਹਨਤੀ ਤੇ ਸਿਹੜੀ ਕੌਮ ਸੀ ਉਹਨਾਂ ਦਾ ਹਿੰਦੁਸਤਾਨ 'ਚ ਪੰਜਾਬੀਆਂ ਬਾਰੇ ਗੱਲ ਕਹੀ ਜਾਂਦੀ ਸੀ ਵੀ ਜੇ ਕੋਈ ਮਿਹਨਤ ਕਰ ਸਕਦਾ ਤਾਂ ਇਕੱਲੇ ਪੰਜਾਬੀ ਕਰ ਸਕਦੇ ਆ ਹੋਰ ਕੋਈ ਮਿਹਨਤ ਨਹੀਂ ਕਰ ਸਕਦਾ ਲੇਕਿਨ ਅੱਜ ਉਹਨਾਂ ਪੰਜਾਬੀਆਂ ਨੂੰ ਸਰਕਾਰਾਂ ਨੇ ਮੁਫਤ ਬਿਜਲੀ ਆਟਾ ਦਾਲ ਸਕੀਮ ਮੋਬਾਈਲ ਮੁਫਤ ਦੇਣੇ ਯਾਨੀ ਮੁਫਤ ਖੋਰੀ ਦੀ ਇੱਕ ਆਦਤ ਪਾਤੀ ਐਣੀ ਕੀਤਾ ਕਿ ਅਸੀਂ ਆਵਾਂਗੇ ਤੁਹਾਨੂੰ ਰੋਜ਼ਗਾਰ ਦੇਵਾਂਗੇ 350 ਰੁਪਏ ਵਾਲੀ ਦਿਹਾੜੀ 700 ਰੁਪਏ ਦਿਹਾੜੀ ਪਾਵਾਂਗੇ ਲੇਕਿਨ ਅਖੀਰ ਤੇ ਮੈਂ ਇੱਕ ਗੱਲ ਕਹਿਣਾ ਕਿਉਂਕਿ ਅੱਜ ਨੌਜਵਾਨਾਂ ਨੇ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਮੈਂ ਰੇਖ ਚ ਮੇਖ ਮਾਰਨ ਲੱਗਿਆ ਅਖੀਰਲੀ ਗੱਲ ਕਹਿਣ ਲੱਗਿਆ ਕਿ ਜਿੰਨਾ ਚਿਰ ਤਾਈ ਪੰਜਾਬ ਦੇ ਸਿਆਸਤਦਾਨ ਪੰਜਾਬ ਦੀ ਅਫਸਰ ਸ਼ਾਹੀ ਪਾਵਾਂ ਆਈਏਐਸ ਹੈ ਪਾਵਾਂ ਆਈਪੀਐਸ ਹੈ ਜਿਨ੍ਹਾਂ ਚਿਰ ਤਾਈ ਇਹਨਾਂ ਦੇ ਪਰਿਵਾਰ ਪੰਜਾਬ ਦੀਆਂ ਨਹਿਰਾਂ ਦਾ ਗੰਦਲਾ ਪਾਣੀ ਨਹੀਂ ਪੀਂਦੇ ਜਿਨ੍ਹਾਂ ਚਿਰ ਤਾਈ ਇਹ ਨਸ਼ੇ ਨਸ਼ੇ ਦਾ ਜਿਹੜਾ ਡੰਗ ਹੈ ਇਹਨਾਂ ਦੇ ਆਪਦੇ ਪਰਿਵਾਰਾਂ ਦੇ ਜਾਂ ਪੁੱਤਾਂ ਚ ਨਹੀਂ ਵੜਦਾਗਾ ਉਹਨਾਂ ਚਿਰ ਤਾਈ ਇਹਨਾਂ ਨੂੰ ਪੰਜਾਬ ਦਾ ਦਰਦ ਕਿਸੇ ਨੂੰ ਨਹੀਂ ਆਉਣਾ ਜਦੋਂ ਉਹ ਆਪਦੇ ਪੁੱਤ ਧੀ ਨੂੰ ਵਿਗੜਦਾ ਵੇਖਣਗੇ ਵੇਖਣਗੇ ਕਿ ਉਹ ਸਾਡੇ ਹੱਥੋਂ ਨਿਕਲ ਰਿਹਾ ਤੇ ਉਹ ਮਰਨ ਜਾ ਰਿਹਾ ਉਹਨਾਂ ਚਿਰ ਤਾਈ ਪੰਜਾਬ ਕੌਮ ਦਾ ਪੰਜਾਬੀਆਂ ਦਾ ਦਰਦ ਕਿਸੇ ਨੂੰ ਨਹੀਂ ਆਉਣਾਗਾ ਜਿੱਦਣ ਉਹਨਾਂ ਨੂੰ ਅਕਲ ਆਈ ਉਦੋਂ ਪੰਜਾਬ 'ਚ ਸੁਧਾਰ ਹੋ ਸਕਦਾ ਉਹਨਾਂ ਚਿਰ ਤਾਈਂ ਪੰਜਾਬ 'ਚ ਕੋਈ ਸੁਧਾਰ ਨਹੀਂ ਹੋਣਾ ਵੱਡਾ ਸਵਾਲ ਆ ਸਾਡੇ ਸਿਸਟਮ ਤੇ ਸਾਡੀਆਂ ਸਰਕਾਰਾਂ ਤੇ ਸਾਡੇ ਪ੍ਰਸ਼ਾਸਨ ਤੇ ਸਾਡੀ ਅਫਸਰਸਾਈ ਤੇ ਕਹਿੰਦੇ ਨੇ ਕਿ ਜਿੰਨੀ ਦੇਰ ਤੱਕ ਇਹਨਾਂ ਅਫਸਰਾਂ ਦੇ ਇਹਨਾਂ ਲੀਡਰਾਂ ਦੇ ਘਰ ਤੱਕ ਇਹ ਡੰਗ ਨਹੀਂ ਵੱਜਦਾ ਗੰਦਲੇ ਪਾਣੀ ਦਾ ਕਾਲੇ ਪਾਣੀ ਦਾ ਨਸ਼ੇ ਦਾ ਉਹਨੀ ਦੇਰ ਤੱਕ ਸ਼ਾਇਦ ਇਹਨਾਂ ਦੀ ਨੀਂਦ ਨਹੀਂ ਖੁੱਲੇਗੀ ਇਹਨਾਂ ਨੂੰ ਨਹੀਂ ਪਤਾ ਲੱਗੇਗਾ ਕਿ ਜਿਸ ਪਰਿਵਾਰ ਦੇ ਵਿੱਚ ਕਾਲੇ ਪਾਣੀ ਕਰਕੇ ਕੋਈ ਪਰਿਵਾਰ ਦਾ ਜੀ ਬਿਮਾਰੀ ਦੇ ਕਾਰਨ ਕੈਂਸਰ ਕਾਰਨ ਜਾਂ ਹੋਰ ਬਿਮਾਰੀ ਕਾਰਨ ਮਰਦਾ ਉਹਦਾ ਦਰਦ ਕੀ ਹੁੰਦਾ ਇੱਕ ਨਸ਼ੇ ਦੇ ਕਾਰਨ ਜਦੋਂ ਕਿਸੇ ਮਾਂ ਪਿਓ ਦਾ ਪੁੱਤ ਮਰਦਾ ਤਾਂ ਉਹਦੇ ਘਰ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੁੰਦਾ ਕਿੰਨਾ ਕੁ ਦਰਦ ਹੁੰਦਾ ਸ਼ਾਇਦ ਸਾਡੀਆਂ ਸਰਕਾਰਾਂ ਇਸ ਚੀਜ਼ ਨੂੰ ਸਮਝ ਨਹੀਂ ਰਹੀਆਂ ਪਰ ਯੂਥ ਆ ਜਿਹੜਾ ਉਹ ਬੇहद ਨਰਾਸ਼ ਆ ਬੇਸ਼ੱਕ ਇੱਕਾ ਦੁੱਕਾ ਜਿਹੜੇ ਸਟੂਡੈਂਟ ਨੇ ਉਹ ਬੇਸ਼ੱਕ ਚਾਹੁੰਦੇ ਨੇ ਕਿ ਸਾਡੇ ਪਰਿਵਾਰ ਚ ਰਾਜਨੀਤੀ ਅਸੀਂ ਰਾਜਨੀਤੀ ਦੇ ਵਿੱਚ ਜਾਵਾਂਗੇ ਪਰ ਜ਼ਿਆਦਾਤਰ ਸਟੂਡੈਂਟ ਇੰਨੇ ਕਿ ਨਿਰਾਸ਼ ਨੇ ਕਹਿੰਦੇ ਨੇ ਕਿ ਲੀਡਰਾਂ ਨੇ ਝੂਠੇ ਵਾਅਦੇ ਝੂਠੇ ਦਾਅਵੇ ਕਰ ਕਰਕੇ ਦੇਸ਼ ਨੂੰ ਖੋਖਲਾ ਕਰ ਦਿੱਤਾ ਤੇ ਜਿਸ ਨੂੰ ਸੁਧਾਰਨਾ ਬੇहद ਜ਼ਰੂਰੀ ਹੈ ਜ਼ਰੂਰੀ ਹੈ ਕਿ ਸਾਡੇ ਦੇਸ਼ ਦੇ ਲੀਡਰ ਇਨ੍ਹਾਂ ਨੌਜਵਾਨਾਂ ਦੀ ਵਿਚਾਰਧਾਰਾ ਨੂੰ ਸੁਣਨ ਤੇ ਸਮਝਣ ਤੇ ਸਮਾਂ ਰੰਦੇ ਸਿਸਟਮ ਨੂੰ ਬਚਾ ਲੈਣ ਹਾਲਾਤਾਂ ਨੂੰ ਕੰਟਰੋਲ ਦੇ ਵਿੱਚ ਕਰ ਲੈਣ ਤਾਂ ਕਿ ਸਾਡੀ ਆਉਣ ਵਾਲੀ ਜਨਰੇਸ਼ਨ ਹੈ ਜਿਹੜੀ ਉਹ ਇੱਕ ਅੱਛੇ ਮਾਹੌਲ ਦੇ ਵਿੱਚ اپنی زندگی ਬਤੀਤ ਕਰ سکیں۔ ਫਿਲਹਾਲ ਅੱਜ ਦੇ ਲਈ ਇੰਨਾ ਹੀ ਮੈਨੂੰ ਨੁਪਿੰਦਰ ਸਿੰਘ ਬਰਾੜ ਨੂੰ ਤੇ ਮੇਰੇ ਸਹਿਯੋਗੀ ਕੈਮਰਾਮੈਨ ਰਜਿੰਦਰ ਨੂੰ ਦਿਉ ਇਜਾਜ਼ਤ ਔਰ ਅੱਗੇ ਕਿਸੇ ਹੋਰ ਜਗ੍ਹਾ ਤੋਂ ਹੋਰ ਪ੍ਰੋਗਰਾਮ ਲੈ ਕੇ ਫਿਰ ਤੁਹਾਂਹਾਂ ਨੂੰ ਆਵਾਂਗੇ ਤਦ ਤੱਕ ਲਈ ਧੰਨਵਾਦ